सिद्धू मूसे वाले दे पिता जी नूं ते उन्हां दी माता जी नूं किन्ने सालां दी सजा हो सकती है ते क्यों, अज दी अपनी इस वीडियो दे विच असीं जानांगे। खैर पहलो ते आपां वीडियो देख लैंदे आं, फिर करदे आं गलबात। गो किन्नी सज़ा होवेगी बापू बलकौर सिंह अते माता चरण कौर जी नूं? अपराध 50 साल की उम्र तो बाद एक बच्चे नूं जन्म देना, वह भी IVF डाक्टरी तकनीक दे नाल, जो कि इंडिया विच बैन आ। IVF तकनीक दे नाल इंडिया का हर एक नागरिक अपने बच्चे नूं जन्म दे सकदा, इहदे विच कोई भी शक जां दो राय नहीं हैगी, लेकिन माँ की उम्र 50 साल तो घट होनी चाहिए आ। कुछ क केसां विच बहुत ही पुछ पड़ताल जां हथ पैर बन्न के 1-2 साल वधाए जा सकदे आ जेकर माँ की हैल्थ वधिया होवे तां। पर बेबे की उम्र, बेबे चरण कौर की उम्र 58 साल सी, तां इह तां कानून की उलंघना हुई आ ते इसे करके पहले ही दिन तो इंडियन गौरमेंट उन्हां दे मगर हो लई। हुण जे किसी भी कानून की उलंघना हुई आ तां उहदी सज़ा तां जरूर मिलेगी, पर सवाल यह आ कि किनू मिलेगी अते किन्ने सालां दी मिलेगी। अते एक होर भी सवाल उठता है कि किते इहदे विच बच्चे की कस्टडी गौरमेंट तां नहीं लै लैंदी, कहण तों भाव कि किते छोटे सिद्धू नूं गौरमेंट अपने अंडर तां नहीं लै लैंदी कि इहनूं गौरमेंट पालूगी, इहनूं मां बाप नहीं पाल सकदे। इह जानण तों पहलां आपां मोटी मोटी गल इस मसले ते कर लैंदे आ कि ARTI एक्ट है की आ, जिहदे तहत गौरमेंट यह मानदी आ कि इस एक्ट की उलंघना की गई है जां इस कानून नूं भंग किया गया। दरअसल 2021 विच एक कानून बनाया गया सी IVF तकनीक दे नाल रिलेटड, इहदे उत्ते थोड़ियां जिहियां पाबंदियां ਅਤੇ ਇਹਨੂੰ ਕਾਨੂੰਨ ਦੇ ਦਾਇਰੇ ਵਿੱਚ ਰੱਖਣ ਵਾਸਤੇ। ਇਸ ਕਾਨੂੰਨ ਵਿੱਚ ਮੇਨ ਗੱਲ ਇਹ ਲਿਖੀ ਗਈ ਆ ਕਿ ਕੋਈ ਵੀ ਮਾਂ ਬਾਪ ਜਿਸ ਦੀ ਉਮਰ 50 ਸਾਲ ਤੋਂ ਉੱਪਰ ਹੋਵੇ ਉਹ ਕਦੇ ਵੀ ਇਸ ਤਕਨੀਕ ਦੀ ਵਰਤੋਂ ਨਹੀਂ ਕਰ ਸਕਦਾ, ਜੇ ਕਰਦਾ ਆ ਤਾਂ ਇਹ ਮੰਨਿਆ ਜਾਊਗਾ ਕਿ ਕਾਨੂੰਨ ਦੀ ਉਲੰਘਣਾ ਕੀਤੀ ਗਈ ਆ। ਬਹੁਤ ਸਾਰੀਆਂ ਹਾਲਾਤਾਂ ਵਿੱਚ ਜੇਕਰ ਮਾਂ ਦੀ ਹੈਲਥ ਵਧੀਆ ਹੋਵੇ, ਉਹ ਬੱਚੇ ਨੂੰ ਜਨਮ ਦੇ ਸਕਦੀ ਹੋਵੇ, ਜਿਹਦੇ ਨਾਲ ਕੋਈ ਵੀ ਪ੍ਰੋਬਲਮ ਨਾ ਆਉਂਦੀ ਹੋਵੇ, ਤਾਂ ਡਾਕਟਰ ਦੇ ਕਹਿਣ ਤੇ 1 ਜਾਂ 2 ਸਾਲ ਬੜੀ ਹੱਦ ਤੱਕ ਵਧਾਏ ਜਾ ਸਕਦੇ। ਇਹ ਵਾਲਾ ਕਾਨੂੰਨ 2021 ਵਿੱਚ ਬਣਾਇਆ ਗਿਆ ਸੀ ਅਤੇ 2022 ਵਿੱਚ ਇਹਨੂੰ ਲਾਗੂ ਕੀਤਾ ਗਿਆ, ਪਰ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾ ਹੋਈਆਂ। ਸਿੱਧੂ ਫੈਮਿਲੀ ਦੇ ਨਾਲ ਇਹ ਕੋਈ ਪਹਿਲੀ ਘਟਨਾ ਨਹੀਂ ਹੋਈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਸਪਤਾਲਾਂ ਉੱਤੇ ਅਤੇ ਬਹੁਤ ਸਾਰੇ ਮਾਂ ਬਾਪ ਉੱਤੇ ਇਹ ਵਾਲਾ ਕੇਸ ਦਰਜ ਕੀਤਾ ਜਾ ਚੁੱਕਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਵਿੱਚ ਕੋਈ ਵੀ ਕਾਨੂੰਨ ਬਣਦਾ ਹੈ ਤਾਂ ਉਹਨੂੰ ਲਾਗੂ ਹੁੰਦੇ ਹੁੰਦੇ ਕਾਫੀ ਟਾਈਮ ਲੱਗ ਜਾਂਦਾ ਹੈ। ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਸਮਝਣ ਵਾਲੀ ਆ, ਵਿਚਾਰਨ ਵਾਲੀ ਆ, ਦੇਖਣ ਵਾਲੀ ਆ ਕਿ ਇੰਡੀਆ ਵਿੱਚ ਗੈਂਗਸਟਰ ਆਏ ਦਿਨ ਸ਼ਰੇਆਮ ਗੋਲੀਆਂ ਮਾਰ ਜਾਂਦੇ ਆ, ਕੀ ਉਹ ਅਪਰਾਧ ਨਹੀਂ ਹੈਗਾ? ਇੱਕ 27 ਸਾਲਾਂ ਦੇ ਸਿੱਧੂ ਮੂਸੇ ਵਾਲੇ ਨੂੰ 4 ਬੰਦੇ ਆ ਕੇ ਇਹੋ ਜਿਹੀਆਂ ਗੰਨਾਂ ਦੇ ਨਾਲ ਸ਼ੂਟ ਕਰਦੇ ਆ ਜਿਹੜੀਆਂ ਇੰਡੀਆ ਵਿੱਚ ਕਿਤੇ ਮਿਲ ਹੀ ਨਹੀਂ ਸਕਦੀਆਂ, ਇੰਡੀਅਨ ਆਰਮੀ ਕੋਲ ਵੀ ਹੈ ਨਹੀਂ, ਉਹਨਾਂ ਨੂੰ ਅੱਜ ਤੱਕ ਨਹੀਂ ਕੋਰਟ ਵਿੱਚ ਪੇਸ਼ ਕੀਤਾ ਗਿਆ, ਕੀ ਉਹ ਗਲਤੀ ਨਹੀਂ ਸੀ ਹੈਗੀ? ਗੈਂਗਸਟਰ ਜੇਲ੍ਹਾਂ ਵਿੱਚੋਂ ਸ਼ਰੇਆਮ ਇੰਟਰਵਿਊਆਂ ਕਰਦੇ ਆ ਅਤੇ ਨਿਊਜ਼ ਚੈਨਲਾਂ ਉੱਤੇ ਸ਼ਰੇਆਮ ਚਲਾਈਆਂ ਜਾਂਦੀਆਂ ਆ, ਉਹਨਾਂ ਉੱਤੇ ਕੋਈ ਵੀ ਪੁੱਛ ਪੜਤਾਲ ਨਹੀਂ ਕਰਦਾ, ਕੀ ਇਹ ਕਾਨੂੰਨ ਦੀ ਉਲੰਘਣਾ ਨਹੀਂ ਹੈਗੀ? ਇੱਕ ਮਾਂ ਬਾਪ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ, ਸੁੱਖੀ ਸਾਂਦੀ ਸਾਰਾ ਕੁਝ ਹੋ ਗਿਆ, ਮਾਂ ਵੀ ਠੀਕ, ਬੱਚਾ ਵੀ ਠੀਕ, ਤਾਂ ਗੌਰਮੈਂਟ ਨੇ 1 ਦਿਨ ਦਾ ਵੀ ਸਾਹ ਕਿਉਂ ਨਹੀਂ ਲਿਆ? ਪਹਿਲੇ ਹੀ ਦਿਨ ਤੋਂ ਮੈਨੂੰ ਲੱਗਦਾ ਕਿ ਪਹਿਲੇ ਹੀ ਘੰਟੇ ਤੋਂ ਜਦੋਂ ਹੀ ਬਾਪੂ ਬਲਕੌਰ ਸਿੰਘ ਨੇ ਇਹ ਵਾਲੀ ਪੋਸਟ ਪਾਈ ਕਿ ਭਾਈ ਸਾਡੇ ਘਰੇ ਖੁਸ਼ੀਆਂ ਆ ਚੁੱਕੀਆਂ, ਸ਼ਾਇਦ ਉਸੇ ਵੇਲੇ ਗੌਰਮੈਂਟ ਦੇ ਬੰਦੇ ਇਹ ਵਾਲੀ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਗਲੇ ਹੀ ਦਿਨ ਪੰਜਾਬ ਗੌਰਮੈਂਟ ਨੂੰ ਭੇਜਤੀ ਕਿ ਇਸ ਮਸਲੇ 'ਤੇ ਇਨਵੈਸਟੀਗੇਟ ਕਰੋ, ਸਾਨੂੰ ਦੱਸੋ ਕਿ ਇਸ ਕਾਨੂੰਨ ਦੀ ਉਲੰਘਣਾ ਕਿਉਂ ਕੀਤੀ। ਪਰ ਸ਼ਾਇਦ ਸੈਂਟਰ ਗੌਰਮੈਂਟ ਇਹ ਨਹੀਂ ਸੁਣਨਾ ਚਾਹੁੰਦੀ, ਇਹ ਨਹੀਂ ਦੱਸਣਾ ਚਾਹੁੰਦੀ ਕਿ ਇੱਕ ਸਵਾਲ ਅਸੀਂ ਵੀ ਪਿਛਲੇ 2-2.5 ਸਾਲਾਂ ਤੋਂ ਪੁੱਛ ਰਹੇ ਹਾਂ ਕਿ ਸਾਨੂੰ ਵੀ ਦੱਸੋ ਕਿ 27 ਸਾਲਾਂ ਦਾ ਸਿੱਧੂ ਮੂਸੇ ਵਾਲਾ ਕਿਉਂ ਮਾਰਿਆ ਗਿਆ, ਸਾਨੂੰ ਦੱਸੋ ਕਿ ਜੇਲ੍ਹਾਂ ਵਿੱਚੋਂ ਇੰਟਰਵਿਊਆਂ ਕਿਉਂ ਹੋਈਆਂ, ਇਹਦਾ ਜਵਾਬ ਕਿਉਂ ਨਹੀਂ ਅੱਜ ਤੱਕ ਦੇ ਰਿਹਾ, ਇਹਦੇ ਉੱਤੇ ਇਨਵੈਸਟੀਗੇਟ ਕਿਉਂ ਨਹੀਂ ਕੋਈ ਕਰ ਰਿਹਾ? ਹੁਣ ਆਪਾਂ ਆਉਂਦੇ ਹਾਂ ਆਪਣੇ ਮੁੱਦੇ ਉੱਤੇ ਕਿ ਇਸ ਮਸਲੇ ਦੇ ਨਾਲ ਬਾਪੂ ਬਲਕੌਰ ਸਿੰਘ ਜਾਂ ਮਾਤਾ ਚਰਨ ਕੌਰ ਜੀ ਨੂੰ ਸਜ਼ਾ ਹੋ ਸਕਦੀ ਆ, ਕੀ ਛੋਟੇ ਸਿੱਧੂ ਦੀ ਕਸਟਡੀ ਗੌਰਮੈਂਟ ਲੈ ਸਕਦੀ ਆ ਜਾਂ ਨਹੀਂ ਲੈ ਸਕਦੀ? ਤਾਂ ਤੁਹਾਨੂੰ ਇੱਕ ਗੱਲ ਸਾਫ਼ ਸਾਫ਼ ਸ਼ਬਦਾਂ ਵਿੱਚ ਕਹਿ ਦਵਾਂ ਕਿ ਇਸ ਮਸਲੇ ਵਿੱਚ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਨੂੰ ਕਿਸੇ ਵੀ ਹਾਲਤ ਵਿੱਚ 1 ਦਿਨ ਦੀ ਵੀ ਜਾਂ 1 ਘੰਟੇ ਦੀ ਵੀ ਸਜ਼ਾ ਨਹੀਂ ਹੋ ਸਕਦੀ। ਗੌਰਮੈਂਟ 1 ਦਿਨ ਵਾਸਤੇ ਵੀ ਉਹਨਾਂ ਨੂੰ ਅਦਾਲਤ ਵਿੱਚ ਨਹੀਂ ਸੱਦ ਸਕਦੀ, ਕਿਉਂਕਿ ਇਸ ਐਕਟ ਦੇ ਤਹਿਤ ਜੇਕਰ ਇਹ ਵਾਲਾ ਕਾਨੂੰਨ ਤੋੜਿਆ ਜਾਂਦਾ ਆ ਤਾਂ ਕੋਈ ਵੀ ਮਾਂ ਬਾਪ 50 ਸਾਲ ਦੀ ਉਮਰ ਤੋਂ ਬਾਅਦ IVF ਤਕਨੀਕ ਦੇ ਨਾਲ ਮਾਂ ਬਾਪ ਬਣਦਾ ਆ ਤਾਂ ਉਹਦੀ ਸਜ਼ਾ ਕਿਸੇ ਵੀ ਹਾਲਤ ਵਿੱਚ ਮਾਂ ਬਾਪ ਨੂੰ ਨਹੀਂ ਮਿਲੇਗੀ, ਉਹਦੀ ਸਜ਼ਾ ਡਾਇਰੈਕਟ ਉਸ ਹਸਪੀਟਲ ਨੂੰ ਮਿਲੇਗੀ ਜਿਨ੍ਹਾਂ ਨੇ ਇਸ ਕੰਮ ਵਿੱਚ ਉਹਨਾਂ ਦੀ ਹੈਲਪ ਕੀਤੀ। ਹੁਣ ਉਹਨਾਂ ਨੂੰ ਕਿੰਨੀ ਸਜ਼ਾ ਹੋਵੇਗੀ ਜਾਂ ਕਿਸ ਪ੍ਰਕਾਰ ਦੀ ਹੋਵੇਗੀ ਇਹ ਜੱਜ ਦੇ ਉੱਤੇ ਡਿਪੈਂਡ ਹੁੰਦਾ। ਹੋ ਸਕਦਾ ਕਿ ਉਹਨਾਂ ਦਾ ਹਸਪਤਾਲ ਬੰਦ ਹੋ ਜਾਵੇ, ਕੋਈ ਲਾਇਸੈਂਸ ਕੈਂਸਲ ਹੋ ਜਾਵੇ, ਜਾਂ ਅੱਗੇ ਤੋਂ ਉਸ ਹਸਪਤਾਲ ਵਿੱਚ ਜਾਂ ਉਹ ਵਾਲਾ ਹਸਪਤਾਲ ਇਸ ਤਕਨੀਕ ਦੀ ਵਰਤੋਂ ਨਾ ਕੀ ਕਰ ਸਕੇ। ਬਹੁਤ ਸਾਰੇ ਹਾਲਾਤਾਂ ਵਿੱਚ ਡਾਕਟਰ ਨੂੰ ਕੈਦ ਵੀ ਹੋ ਸਕਦੀ ਆ, ਪਰ ਉਹ ਡਿਪੈਂਡ ਕਰਦਾ ਕੇਸ ਉੱਤੇ ਅਤੇ ਜੱਜ ਉੱਤੇ ਕਿ ਉਹ ਇਸ ਕੇਸ ਨੂੰ ਕਿਸ ਤਰੀਕੇ ਦੇ ਨਾਲ ਦੇਖ। ਅਤੇ ਛੋਟੇ ਸਿੱਧੂ ਦੀ ਕਸਟਡੀ ਵੀ ਕਿਸੇ ਵੀ ਹਾਲਤ ਵਿੱਚ ਗੌਰਮੈਂਟ ਨਹੀਂ ਲੈ ਸਕਦੀ, ਉਹ ਬਾਪੂ ਬਲਕੌਰ ਸਿੰਘ ਜਾਂ ਆਪਣੇ ਘਰ ਵਿੱਚ ਹੀ ਰਹੇਗਾ। ਪਰ ਇਸ ਕੇਸ ਵਿੱਚ ਵੀ ਇੱਕ ਘੁੰਡੀ ਹੈਗੀ ਆ ਕਿ ਇੱਕ ਤਰੀਕੇ ਨਾਲ ਬਾਪੂ ਬਲਕੌਰ ਸਿੰਘ ਨੂੰ ਸਜ਼ਾ ਹੋ ਸਕਦੀ ਆ ਜੇਕਰ ਉਹ ਇਸ ਕਾਨੂੰਨ ਉੱਤੇ ਕਿਸੇ ਵੀ ਪ੍ਰਕਾਰ ਦੀ ਉਂਗਲ ਉਠਾਵੇ, ਉਹ ਹਸਪਤਾਲ ਦੀ ਕਿਸੇ ਵੀ ਪ੍ਰਕਾਰ ਦੀ ਹੈਲਪ ਕਰੇ, ਕਹਿਣ ਤੋਂ ਭਾਵ ਕਿ ਹਸਪਤਾਲ ਨੂੰ ਬਚਾਉਣ ਦਾ ਮਾਰਾ, ਜੇਕਰ ਬਾਪੂ ਬਲਕੌਰ ਸਿੰਘ ਉੱਪਰਲੀਆਂ ਅਦਾਲਤਾਂ ਵਿੱਚ ਕੇਸ ਕਰਦਾ, ਕੇਸ ਲੜਦਾ ਕਿ ਭਾਈ ਇਹਨਾਂ ਨੂੰ ਛੱਡਿਆ ਜਾਵੇ, ਇਹਨਾਂ ਦੀ ਕੋਈ ਗਲਤੀ ਨਹੀਂ, ਉਸ ਹਾਲਾਤ ਵਿੱਚ ਬਾਪੂ ਦੀ ਵੀ ਖਿੱਚ ਧੂ ਹੋ ਸਕਦੀ ਆ, ਬਾਪੂ ਨੂੰ ਵੀ ਸਜ਼ਾ ਹੋ ਸਕਦੀ ਆ ਕਿ ਤੁਸੀਂ ਕਾਨੂੰਨ ਤੋੜਨ ਵਾਲਿਆਂ ਦੀ ਹੈਲਪ ਕਰ ਰਹੇ ਹੋ। ਜ਼ਿਆਦਾਤਰ ਇਹਨਾਂ
मसलों में माँ बाप को उदों सज़ा होती है जदों IVF तकनीक के नाल पैदा हुए बच्चों को बेचिया जाए खरीदया जाए या इन्हों कोई अडोप्ट करने की कोशिश करे। दरअसल यह वाला कानून IVF तकनीक के नाल पैदा हुए बच्चों को सुरक्षित करने वास्ते ही बनाया गया ता जो कल इन्हों दुनिया में किसी भी प्रकार की कोई भी तंगी पेशी ना आए ता कि कल कोई भी बंदा उठ के यह गल ना कहे कि भाई यह तो मशीनी बच्चा IVF वाले बच्चे डॉक्टर की हैल्प नाल पैदा हुए बच्चा इन्हों का जमीन जायदाद में कोई हिस्सा नहीं इन्हों का संसार में आ वाला हिस्सा नहीं होना चाहिए इन सारिया चीज़ों को बंद करने वास्ते यह वाला कानून लिया गया। बाकी यह वाला कानून बनने तो पहला सन 2016 एक बीबी ने 78 साल की उम्र में भी बच्चे को जन्म दिता से IVF तकनीक के नाल होर भी बहुत वड्डी उम्र में मावं बनिया आ इस तकनीक के नाल पर 2022 तो बाद कोई भी नहीं बन सकता जे कोई बनता आ तो वह वाले हस्पताल में ताले जरूर लगनगे। बाकी जेकर तुम इस मसले को होर डूंघाई में समझना चाहते हैं डीपली जाना चाहते हैं तो तुम रितेश लक्की भाजी की वीडियो जरूर देखियो जी अज ही उन्होंने अपलोड की मैं भी उही देख के बहुत सारिया चीज़ों समझिया उसी चीज़ का रिव्यू तुहाडे नाल शेयर किया आ उन्हां दी वीडियो दा लिंक मैं तुहानू थले डिस्क्रिप्शन विच भी पा दूंगा मिलदे आ जी किसी होर वीडियो विच। जदों छोटा सिद्धू मूसेवाला पैदा होया ते मैनू बहुत ज्यादा खुशी हुई मैं वीडियो राही सिद्धू मूसेवाले दे माता पिता जी नू मुबारकबाद भी दित्ती पता नहीं वह मेरी वीडियो उन्हां तक पहुंची या नहीं पहुंची लेकिन मैं मुबारकबाद जिहड़ी है वह जरूर दित्ती बहुत ज्यादा खुशी हुई। लेकिन जदों बाद विच मैं सुनिया कि सिद्धू मूसेवाले दे माता पिता दे उत्ते केस किया जा रहा है हुण वह जेल दे विच जाणगे ते मैं बहुत ज्यादा दुखी हो गया। देखो जी एक मां बाप दा जदों जवान बेटा जिहड़ा इस दुनिया तो चला जांदा ओह भी एडा वड्डा सिंगर एडा फेमस बच्चा जिहड़ा है ओह इस दुनिया तो चला जांदा है ते उस मां बाप दे दिल दे उत्ते जिहड़ा पाना गुजरदा है ओह कोई समझ ही नहीं सकदा। लेकिन जदों सिद्धू मूसेवाला जिहड़ा कतल होया सी उदों भी मैनूं बहुत ज्यादा दुख होया सी ते मैं हर रोज वक्तन फवक्तन उहनां दे वालिदैन दी उहनां दे माता पिता जी दीआं वीडियोज़ देखदा रहिंदा सी ओह बहुत ज्यादा दुखी सी ते जदों छोटा सिद्धू मूसेवाला पैदा होया ते मैं उन्हां दे माता पिता दे चेहरे अल्ले देखिया ते उन्हां दे माता पिता दे चेहरे दे उत्ते एक खुशी सी। लेकिन जदों ही उन्हां नूं अरेस्ट या इंज दीआं खबरां चलण लग पईआं ते उन्हां दे चेहरे दी जिहड़ी खुशी सी ओह बिल्कुल गायब हो गई है। लेकिन अज मैनूं थोड़ी जी तसल्ली हुई है वीडियो देख के कि सिद्धू मूसेवाले दे माता पिता जी नूं जेल दे विच सेंड नहीं कीता जाएगा या छोटे सिद्धू मूसेवाले दी जिहड़ी कस्टडी है ਉਹ ਗਵਰਨਮੈਂਟ ਦੀ ਤਰਫੋਂ ਨਹੀਂ ਲਈ ਜਾਏਗੀ। ਹੁਣ ਛੋਟਾ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਜੀ ਦੇ ਨਾਲ ਹਵੇਲੀ ਦੇ ਵਿੱਚ ਰਹੇਗਾ ਤੇ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ। ਖੈਰ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪਣੇ ਵੀਰਾਂ ਨੂੰ ਦੱਸਦਾ ਹੈ ਜੋ ਮੇਰੇ ਵੀਰਾਂ ਨੂੰ ਲੱਗਦਾ ਹੈ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ।